ਬੜਾ ਅੱਛਾ ਲੱਗਦਾ ਜਦੋਂ ਬਾਹਰਲੇ ਮੁਲਕਾਂ 'ਚ ਆ ਕੇ ਦੇਖਦੇ ਹਾਂ ਕਿ ਪੰਜਾਬ ਇੱਕ ਹੋਰ ਵਸਾ ਰੱਖਿਆ। ਕੱਲ੍ਹ ਮੈਂ ਸਾਊਥ ਹਾਲ ਗਿਆ ਸੀ, ਹੰਸਲੋਚ ਵੀ ਗਿਆ ਸੀ, ਮੈਂ ਮੁੰਡਿਆਂ ਨੂੰ ਮਿਲਿਆ, ਮੈਂ ਕਿਹਾ ਯਾਰ ਮੈਨੂੰ ਤਾਂ ਕਹਿੰਦੇ ਸੀ ਗੋਰਿਆਂ ਦਾ ਇਹ, ਅੱਜ ਮੈਨੂੰ ਗੋਰਾ ਭਾਲਣਾ ਪੈ ਰਿਹਾ ਹੈ। ਉਹ ਕਹਿੰਦੇ ਜੀ ਜੇ ਗੋਰਾ ਤੁਰਿਆ ਜਾਂਦਾ ਹੋਵੇ ਅਸੀਂ ਕਹਿੰਦੇ ਇਹਦੇ ਕੋਲ ਵੀਜ਼ਾ ਨਹੀਂ ਹੋਣਾ, ਪਤਾ ਕਰੋ ਇਹਦੇ ਕੋਲ ਵੀਜ਼ਾ ਹੈਗਾ ਜਾਂ ਨਹੀਂ। ਅਸਲ ਦੇ ਵਿੱਚ ਅੱਜ ਕੱਲ੍ਹ ਟੈਨਸ਼ਨਾਂ ਇੰਨੀਆਂ ਵੱਧ ਗਈਆਂ, ਸਿਆਪੇ ਇੰਨੇ ਵੱਧ ਗਏ, ਹੱਸਣ ਦਾ ਤਾਂ ਟਾਈਮ ਰਿਹਾ ਹੀ ਨਹੀਂ, ਹੋਰ ਹੀ ਪੰਗਿਆਂ 'ਚ ਪੈ ਗਏ, ਹੋਰ ਹੀ ਸਿਆਪਿਆਂ 'ਚ ਪੈ ਗਏ। ਉਹ ਆਦਮੀ ਬਹੁਤ ਦੁਖੀ ਹੈ, ਉਹ ਆਦਮੀ ਬਹੁਤ ਦੁਖੀ ਹੈ ਜਿਹਦਾ ਗਵਾਂਢੀ ਸੁਖੀ ਹੈ। ਅਸੀਂ ਤਾਂ ਉਹਨਾਂ ਦੇ ਸੁੱਖਾਂ ਤੋਂ ਹੀ ਮੱਚੀ ਜਾਂਦੇ ਹਾਂ। ਜੇ ਗਵਾਂਢੀ ਕਾਰ ਲੈ ਲੇ ਵਧੀਆ, ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਵੀ ਮਿਹਨਤ ਕਰਕੇ ਵੱਡੀ ਕਾਰ ਲਵਾਂਗੇ, ਅਸੀਂ ਇਹੀ ਕਹੀ ਜਾਵਾਂਗੇ ਕੋਈ ਗੱਲ ਨਹੀਂ ਹਾਰਨ ਮਾਰ ਕੇ ਲੰਘਦਾ ਝਰੀਟਾਂ ਪਾਵਾਂਗੇ, ਔਰ ਪਾ ਵੀ ਦਿੰਦੇ ਹਾਂ ਕਦੇ ਕਦੇ ਝਰੀਟਾਂ ਪਾ ਵੀ ਦਿੰਦੇ, ਇਹਨਾਂ ਚੱਕਰਾਂ 'ਚ ਹੀ ਪੈ ਗਏ। ਸੋ ਇਸ ਕਰਕੇ ਅੱਜ ਆਪਾਂ ਥੋੜ੍ਹਾ ਜਿਹਾ ਇਧਰਲੀਆਂ ਉਧਰਲੀਆਂ ਟੈਨਸ਼ਨਾਂ ਭੁੱਲਣੀਆਂ ਨੇ। ਸਿਆਣੇ ਕਹਿੰਦੇ ਆ ਦੋ ਚੀਜ਼ਾਂ ਜੇ ਅੱਜ ਦੇ ਮਨੁੱਖ ਨੂੰ ਆਉਣ ਲੱਗ ਜਾਣ ਤਾਂ 80% ਬਿਮਾਰੀਆਂ ਪੈਦਾ ਹੀ ਨਹੀਂ ਹੁੰਦੀਆਂ। ਕਿਹੜੀਆਂ ਕਿਹੜੀਆਂ ਚੀਜ਼ਾਂ ਨੇ? ਇੱਕ ਤਾਂ ਦਿਲੋਂ ਹਾਸਾ ਅਤੇ ਇੱਕ ਪਸੀਨਾ, ਇਹ ਦੋਨੋਂ ਅਸੀਂ ਅੰਦਰੋਂ ਅੰਦਰ ਹੀ ਦੱਬੀ ਜਾਂਦੇ ਹਾਂ, ਬਾਅਦ 'ਚ ਬਿਮਾਰੀਆਂ ਬਣ ਬਣ ਨਿਕਲੀ ਜਾਂਦੇ ਆ। ਹਾਸੇ ਦੀ ਜ਼ਿੰਮੇਵਾਰੀ ਅੱਜ ਮੇਰੀ ਹੈ, ਪਸੀਨੇ ਵਾਲੇ ਪਾਸੇ ਤੁਸੀਂ ਵੀ ਕਦੀ ਜ਼ਿੰਮੇਵਾਰੀ ਲਓ, ਸਾਰੇ ਕੁਛ ਤਾਂ ਮੈਂ ਠੇਕਾ ਥੋੜ੍ਹੀ ਲਿਆ ਯਾਰ। ਸੋ ਇਸ ਕਰਕੇ ਆਪਾਂ ਸਾਰਿਆਂ ਨਾਲ ਗੱਲ ਕਰਾਂਗੇ, ਮੈਨੂੰ ਕੋਈ ਪਤਾ ਨਹੀਂ ਅੱਜ ਮੈਂ ਕੀ ਬੋਲੂੰਗਾ। ਹਾਂ ਜੇ ਕੋਈ ਮੂਹਰੋਂ ਬੋਲ ਪੈਂਦਾ ਹੋ ਸਕਦਾ ਮੈਂ 10 ਮਿੰਟ ਉਹਦੀ ਬੋਲ ਪਾਂ, ਕਿਉਂਕਿ ਮੈਨੂੰ ਸਭ ਪਤਾ ਕੌਣ ਫੌਜੀ ਨੇ ਕੌਣ ਸਿਵਲ ਨੇ ਸਭ ਜਾਣਦਾ ਮੈਂ। ਇੱਥੋਂ ਕੁਛ ਨਹੀਂ ਲੁਕਿਆ, ਮੈਂ ਉਹ ਪੁਲ ਵੀ ਦੇਖ ਆਇਆ ਜਿੱਥੇ ਜਾਲੀ ਲਵਾਤੀ, ਦੇਖ ਆਇਆ ਲੇਬਰ ਚੌਂਕ ਵੀ ਦੇਖ ਆਇਆ, ਸਭ ਦੇਖ ਲਿਆ ਮੈਂ। ਮੈਨੂੰ ਪਤਾ ਕੌਣ ਕਿੰਨੇ ਬੈਂਡ ਲੈ ਕੇ ਆਇਆ ਇੱਥੇ। ਪਹਿਲਾਂ ਰੇਡੀਓ ਹੁੰਦੇ ਸੀ 1 ਬੈਂਡ 2 ਬੈਂਡ, ਹੁਣ ਅੱਜ ਕੱਲ੍ਹ ਮੁੰਡੇ ਕੁੜੀਆਂ ਨੇ 5.5 ਬੈਂਡ 4 ਬੈਂਡ 7 ਬੈਂਡ। ਮੇਰੇ ਨਾਲ ਤਾਂ ਕੋਈ ਬੈਂਡ ਵਾਲੇ ਹੈ ਨਹੀਂ ਯਾਰ, ਸਾਰੇ ਹੀ ਬੈਂਡ। ਸੋ ਪੰਜਾਬੀ ਨੇ ਭਰਾਵੋ, ਆਪਾਂ ਤਾਂ ਪਹਿਲੀ ਗੱਲ ਤਾਂ ਪੰਜਾਬੀ ਜਿੱਥੇ ਜਾਂਦੇ ਆ ਆਪਣਾ ਝੰਡਾ ਗੱਡ ਲੈਂਦੇ ਆ। ਉਹ ਤੋਂ ਪਹਿਲਾਂ ਮੈਂ ਇਹ ਗੱਲ ਦੱਸਣੀ ਚਾਹੁੰਦਾ, ਪੰਜਾਬੀ ਜਾਂਦੇ ਹੀ ਉੱਥੇ ਜਿੱਥੇ ਹੋਰ ਕੋਈ ਜਾਂਦਾ ਹੀ ਨਹੀਂ। ਉਹ ਅਮਰੀਕਾ ਵਾਲੇ ਚੰਦ ਤੇ ਗਏ, ਚੰਦ ਤੇ ਜਾ ਕੇ ਛਾਲਾਂ ਮਾਰਦੇ ਫਿਰ ਅਸੀਂ ਦੁਨੀਆ ਦੇ ਪਹਿਲੇ ਬੰਦੇ ਆ ਗਏ ਜਿਹੜੇ ਚੰਦ ਤੇ ਆਏ ਹਾਂ, ਸਾਡਾ ਨਾਂ ਹਿਸਟਰੀ 'ਚ ਲਿਖਿਆ ਜਾਊਗਾ। ਅਮਰੀਕਾ ਦਾ ਝੰਡਾ ਗੱਡ ਕੇ ਸੈਰ ਕਰਨ ਤੁਰ ਪਏ, ਅਗਲੇ ਮੋੜ ਤੇ ਪੰਜਾਬੀ ਸ਼ੇਰੇ ਪੰਜਾਬ ਢਾਬਾ ਖੋਲੀ ਬੈਠਾ। ਆਓ ਬਾਬੂ ਜੀ ਕਹਿੰਦੇ ਦੱਸੋ ਦਾਲ ਨੂੰ ਤੜਕਾ ਲਾਈਏ, ਪਨੀਰ ਭੁਰਜੀ ਬਣਾਈਏ, ਸਾਗ ਬਣਾਈਏ, ਭਰਥਾ ਬਣਾ ਦਈਏ, ਭਿੰਡੀ ਦਈਏ, ਲੱਛਾ ਪਰੌਂਠਾ ਕਿਹੜਾ ਬਣਾਉਣਾ, ਦੱਸੋ ਮਿੱਸੀ ਰੋਟੀ। ਉਹ ਕਹਿੰਦੇ ਯਾਰ ਇੱਥੇ ਬਿਜ਼ਨਸ ਖੋਲੀ ਫਿਰਦਾ ਹੈ, ਅਸੀਂ ਤਾਂ ਸੋਚਦੇ ਸੀ ਅਸੀਂ ਹਾਂ ਪਹਿਲੇ, ਤੂੰ ਇੱਧਰ ਕਿੱਧਰ। ਉਹ ਕਹਿੰਦਾ ਇੱਧਰ ਕਿੱਧਰ ਵਾਲੀ ਕਹਾਣੀ ਨਾ ਪੁੱਛੋ, ਬਹੁਤ ਦਰਦ ਭਰੀ ਕਹਾਣੀ ਹੈ। ਫਗਵਾੜੇ ਦੇ ਇੱਕ ਟਰੈਵਲ ਏਜੰਟ ਨਾਲ ਅਮਰੀਕਾ ਲਿਜਾਣ ਦੀ ਗੱਲ ਹੋਈ ਸੀ, ਸਾਲਾ ਪਤਾ ਨਹੀਂ ਕਿੱਥੇ ਲਾ ਗਿਆ, ਅਸੀਂ ਤਾਂ ਹਜੇ ਉੱਥੇ ਫਿਰਦੇ ਹਾਂ ਪਿੰਨੀਆਂ ਲਈ, ਉਹ ਬੇਬੇ ਦੀਆਂ ਬਣਾਈ ਹੋਈਆਂ ਪਿੰਨੀਆਂ ਲਈ ਚੰਦ ਤੇ ਫਿਰਦੇ ਹਾਂ ਚੰਦ ਤੇ। ਐਸੀ ਕਮਾਲ ਦੀ ਕੌਮ, ਕਮਾਲ ਦੀ ਕੌਮ, ਜਿੱਥੇ ਮਰਜ਼ੀ ਚਲੇ ਜਾਓ। ਉਹ ਬਸ 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 ਤੂੰ ਠੀਕ, ਮੈਨੂੰ ਪਤਾ ਤੁਹਾਡੀ ਬਾਰੇ ਗੱਲ ਕਰਾਂਗੇ, ਤੁਹਾਡੇ ਬਾਰੇ ਗੱਲ ਕਰਾਂਗੇ, ਬਠਿੰਡੇ ਵਾਲਿਆਂ ਬਾਰੇ ਵੀ ਗੱਲ ਕਰਾਂਗੇ, ਹਰਿਆਣੇ ਕਾ ਸ਼ੋਹਰਾ ਨਾ ਭਾਈ, ਹਰਿਆਣੇ ਵਾਲੇ ਵੀ ਕਮਾਲ ਹੈ। ਸੋ ਇਹ ਸਾਰੇ ਆਪਣੇ ਨੇ। ਸੋ ਆਪਾਂ ਜਿੱਥੇ ਜਾਂਦੇ ਹਾਂ ਆਪਾਂ ਆਪਣੇ ਕਲਚਰ ਨੂੰ ਪਿਆਰ ਕਰਦੇ ਹਾਂ, ਆਪਣੇ ਖਾਣਿਆਂ ਨੂੰ ਪਿਆਰ ਕਰਦੇ ਹਾਂ, ਮੈਂ ਤੁਹਾਨੂੰ ਦੱਸਿਆ। ਸੋ ਇਸ ਕਰਕੇ ਲਾਫਟਰ ਵਾਸਤੇ ਟਾਈਮ ਕੱਢਣਾ ਬੜਾ ਜ਼ਰੂਰੀ ਹੈ, ਕਿਉਂਕਿ ਪਰਮਾਤਮਾ ਨੇ ਆਪਾਂ ਨੂੰ ਇੱਕ ਗੁਣ ਦਿੱਤਾ ਸੀ ਇਨਸਾਨਾਂ ਨੂੰ ਸਪੈਸ਼ਲ, ਵੀ ਤੁਸੀਂ ਹੱਸ ਸਕਦੇ ਹੋ, ਪਰ ਟੈਨਸ਼ਨਾਂ ਨੇ ਉਹ ਵੀ ਸਾਡੇ ਤੋਂ ਖੋਹ ਲਿਆ। ਪਰ ਅੱਜ ਅਸੀਂ ਕੋਸ਼ਿਸ਼ ਕਰਾਂਗੇ ਇਕੱਠੇ ਮਿਲ ਕੇ ਹੱਸੀਏ, ਕਿਉਂਕਿ ਵੈਸੇ ਇੰਡੀਆ ਦੇ ਵਿੱਚ ਤਾਂ ਹੱਸਣ ਵਾਸਤੇ ਕਿਤੇ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਪੈਂਦੀ, ਆਪਣੇ ਮੁਲਕ 'ਚ ਹੱਸਣ ਵਾਸਤੇ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਪੈਂਦੀ, ਸੜਕਾਂ 'ਤੇ ਹਾਸਾ ਤੁਰਿਆ ਫਿਰਦਾ, ਸੜਕਾਂ 'ਤੇ ਟਰੱਕ ਮਰੂਤੀ ਕਾਰ ਦੇ ਉੱਤੇ ਐਂ ਪਲਟਿਆ ਪਿਆ ਹੁੰਦਾ ਜਿਵੇਂ ਰੇਸ਼ਮੀ ਰਮਾਲ 'ਤੇ ਕੋਲੇ ਵਾਲੀ ਪ੍ਰੈਸ ਪਈ ਹੋਵੇ, ਅਤੇ ਟਰੱਕ ਦੇ ਪਿੱਛੇ ਸ਼ੇਰ ਲਿਖਿਆ ਹੁੰਦਾ ਪਿਆਰ ਕੀ ਆ ਤੋਂ ਡਰਨਾ ਕਿਆ। ਮੈਂ ਕਿਹਾ ਹੁਣ ਕਾਹਦਾ ਡਰ ਹੈ, ਡਰ ਤਾਂ ਸਾਰਿਆਂ ਦੀ ਚੱਕ ਤਾਂ ਉਹਨਾਂ ਦਾ, ਉੱਥੋਂ ਮਿਲ ਜਾਂਦਾ ਬੜਾ ਸਮਾਨ ਮਿਲ ਜਾਂਦਾ। ਆਹ ਟਰੱਕਾਂ ਵਾਲੇ ਜਿਹੜੇ ਨੇ ਇਹ ਬੜਾ ਕੁਛ ਲਿਖਾ ਕੇ ਰੱਖਦੇ ਆ ਜੀ,
ਆਪਣੀ ਗੱਡੀ ਦੇ ਪਿੱਛੇ ਬੜੇ ਸ਼ੇਅਰ ਲਿਖਾ ਕੇ ਰੱਖਦੇ ਆ, ਅਸਲ ਦੇ ਵਿੱਚ ਨਾ ਉਹ ਆਪਣੇ ਹਾਲਾਤ ਲਿਖਾ ਕੇ ਰੱਖਦੇ ਆ ਕਿ ਅੱਜ ਕੱਲ੍ਹ ਅਸੀਂ ਕਿਹੜੇ ਹਾਲਾਤਾਂ 'ਚ ਹਾਂ। ਜਦੋਂ ਗੱਡੀ ਬਿਲਕੁਲ ਨਵੀਂ ਹੁੰਦੀ ਹੈ, ਡੋਰੀਆਂ ਲਮਕਾ ਕੇ ਨਵੀਂ ਗੱਡੀ, ਉਹਦੇ ਪਿੱਛੇ ਵੱਡੇ ਵੱਡੇ ਅੱਖਾਂ 'ਚ ਲਿਖਣਗੇ ਹਾਏ ਨੀ ਇਹ ਤਾਂ ਉਹ ਸੀ, ਕਹਿੰਦੇ ਕਿਹੜਾ ਜਿਹੜਾ ਪਰਸੋਂ ਕੁੱਟਿਆ ਸੀ। ਜਾਂ ਥੱਲੇ ਲਿਖਾਉਣਗੇ ਹੱਟ ਪਿੱਛੇ ਫੇਰ ਮਿਲਾਂਗੇ। 6 ਮਹੀਨਿਆਂ 'ਚ ਭਾਜੀ ਗੱਡੀ ਦੀਆਂ ਡੋਰੀਆਂ ਜੀਆਂ ਉਧੜ ਜਾਂਦੀਆਂ, ਗੱਡੀ ਛਕੜਾ ਜੀ ਹੋ ਜਾਂਦੀ ਹੈ, ਫਿਰ ਉਸੇ ਜਗ੍ਹਾ 'ਤੇ ਲਿਖਾ ਲੈਂਦੇ ਨੇ ਜਗ੍ਹਾ ਮਿਲਣ 'ਤੇ ਸਾਈਡ ਦਿੱਤੀ ਜਾਵੇਗੀ। ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਹੋਰ 6 ਮਹੀਨਿਆਂ ਬਾਅਦ ਗੱਡੀ ਹੋਰ ਵੀ ਖੜਕ ਜਾਂਦੀ ਹੈ, ਉਦੋਂ ਫਿਰ ਲਿਖਾ ਲੈਂਦੇ ਨੇ ਤੂੰ ਲੰਘ ਜਾ ਸਾਡਾ ਕੀ ਹੈ, ਅਸੀਂ ਤਾਂ ਪਰਸੋਂ ਨੂੰ ਆ ਜਾਂਗੇ। ਜਦੋਂ ਗੱਡੀ ਜਮਾਂ ਹੀ ਛਕੜਾ ਹੋ ਜਾਂਦੀ ਹੈ, ਯਕੀਨ ਹੀ ਨਹੀਂ ਰਹਿੰਦਾ ਵੀ ਕਿੱਥੇ ਰਾਤ ਕਟਾ ਦੇ, ਉਦੋਂ ਫਿਰ ਆਨੇ ਵਾਲੀ ਥਾਂ 'ਤੇ ਆਉਂਦੇ ਆ, ਉਦੋਂ ਫਿਰ ਟਰੱਕ ਦੇ ਪਿੱਛੇ ਛੋਟੇ ਛੋਟੇ ਅੱਖਾਂ 'ਚ ਲਿਖਾ ਲੈਂਦੇ ਆ ਈਸ਼ਵਰ ਅਤੇ ਮੌਤ ਨੂੰ ਹਮੇਸ਼ਾ ਯਾਦ ਰੱਖੋ। ਪਹਿਲਾਂ ਨਹੀਂ ਮੌਤ ਯਾਦ ਆਉਂਦੀ, ਉਦੋਂ ਆਉਂਦੀ ਜਦੋਂ। ਸੋ ਇਹ ਵਕਤ ਦੀਆਂ ਗੱਲਾਂ ਨੇ। ਬਾਕੀ ਸਾਡੇ ਮੁਲਕ ਦੇ ਵਿੱਚ ਹੱਸਣ ਵਾਸਤੇ ਹੋਰ ਕਿਤੇ ਦੂਰ ਜਾਣ ਦੀ ਲੋੜ ਨਹੀਂ। ਸਭ ਤੋਂ ਵੱਧ ਕਾਮੇਡੀ ਸਾਡੇ ਕੰਟਰੀ ਦੀ ਪਾਰਲੀਮੈਂਟ 'ਚ ਹੁੰਦੀ ਹੈ। ਜਿਹਦਾ ਨਾਂ ਸਪੀਕਰ ਹੈ ਉਹਨੂੰ ਬੋਲਣ ਨਹੀਂ ਦਿੰਦੇ, ਉਹਦਾ ਨਾਂ ਰੱਖਿਆ ਸਪੀਕਰ, ਸਾਰਾ ਦਿਨ ਚੁੱਪ ਕਰਾਈ ਜਾਂਦਾ, ਮਮਤਾ ਜੀ ਲਾਲੂ ਜੀ ਮੈਨੂੰ ਬੋਲ। ਉਹ ਸਾਰਾ ਦਿਨ ਚੁੱਪ ਕਰਾ ਕੇ ਜਾਂਦਾ, ਉਹ ਕਹਿੰਦਾ ਮੇਰਾ ਨਾਂ ਹੀ ਬਦਲ ਦਿਓ, ਮੇਰਾ ਨਾਂ ਰੱਖ ਦਿਓ ਸਲੈਂਸਰ, ਤਾਂ ਕਿ ਪਤਾ ਤਾਂ ਹੋਵੇ ਮੈਂ ਕੰਮ ਕੀ ਕਰ ਰਿਹਾ। ਸੋ ਇੱਥੋਂ ਅਸੀਂ ਆਪਣਾ ਸਮਾਨ ਜਿਹੜਾ ਉਹ ਕੱਢ ਲੈਂਦੇ ਹਾਂ, ਕਈ ਵਾਰੀ ਸਾਨੂੰ ਇੱਧਰੋਂ ਉੱਧਰੋਂ ਮਿਲ ਜਾਂਦੇ ਸਮਾਨ। ਪਰ ਲੈ ਵੀ ਅੱਜ ਲੰਡਨ ਵਾਲਿਓ, UK ਵਾਲਿਓ, ਇੱਕ ਜਮਾਂ ਹੀ ਦੇਸੀ ਅਤੇ ਟਿਕਾਊ ਤਰੀਕਾ ਦੱਸ ਕੇ ਜਾਂਦਾ, ਲਾਫਟਰ ਲੱਭਣ ਵਾਸਤੇ ਕਿਤੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ। 10 ਰੁਪਏ ਦੀ ਮੂੰਗਫਲੀ ਲਓ ਲੁਧਿਆਣੇ ਤੋਂ, ਜਲੰਧਰ ਤੋਂ, ਜਿੱਥੋਂ ਮਿਲਦੀ ਹੈ, ਖੁੱਲ੍ਹ ਕੇ ਹੱਸੋ। ਤੁਸੀਂ ਸੋਚੋਗੇ ਬੜੀ ਵਾਰੀ ਮੂੰਗਫਲੀ ਖਾਧੀ ਹੈ, ਸਾਨੂੰ ਤਾਂ ਕਦੇ ਹਾਸਾ ਨਹੀਂ ਆਇਆ। ਮੂੰਗਫਲੀ ਨਹੀਂ ਖਾਣੀ, ਜਿਹੜੇ ਲਿਫਾਫੇ ਦੇ ਵਿੱਚ ਮੂੰਗਫਲੀ ਪਾ ਕੇ ਦਿੰਦਾ ਨਾ ਰੇਹੜੀ ਵਾਲਾ, ਉਹ ਲਿਫਾਫਾ ਪੜਿਓ ਕਦੇ, ਉਹ ਲਿਫਾਫਾ ਹੁੰਦਾ ਕਿਸੇ ਪੁਰਾਣੇ ਅਖਬਾਰ ਦਾ, 6-7 ਮਹੀਨੇ ਪੁਰਾਣੇ ਅਖਬਾਰ ਦਾ ਲਿਫਾਫਾ ਹੁੰਦਾ। ਕਈ ਵਾਰੀ ਲਿਫਾਫਾ ਬਣਾਉਣ ਵੇਲੇ ਇਹੋ ਜਿਹਾ ਗਲਤ ਜੋੜ ਲੱਗਦਾ, ਪਹਿਲੇ ਪੇਜ ਦੀਆਂ ਖਬਰਾਂ ਆਖਰੀ ਪੇਜ ਨਾਲ ਐਂ ਮਿਕਸ ਕਰ ਜਾਂਦੀਆਂ, ਬੰਦਾ ਮੂੰਗਫਲੀ ਭੁੱਲ ਜਾਂਦਾ, ਲਿਫਾਫੇ ਦੇ ਨਜ਼ਾਰੇ ਲੈਂਦਾ। 6 ਮਹੀਨੇ ਪਹਿਲਾਂ ਮੈਂ ਲੁਧਿਆਣੇ ਤੋਂ ਮੂੰਗਫਲੀ ਲਈ, ਅਤੇ ਫਿਰ ਜਿਹੜਾ ਲਿਫਾਫਾ ਪੜਿਆ ਕਿਸੇ ਪੰਜਾਬੀ ਅਖਬਾਰ ਦਾ, ਉਹ ਖਬਰਾਂ ਕਿਵੇਂ ਮਿਕਸ ਹੋਈਆਂ ਪੜ੍ਹ ਕੇ ਸੁਣਾ ਦੇਣਾ ਤੁਹਾਨੂੰ, ਦੇਖ ਲਿਓ ਫਿਰ ਕਿੰਨਾ ਕੁ ਹਾਸਾ ਆਉਂਦਾ। ਪਹਿਲੀ ਖਬਰ ਸੀ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਬਰਾਕ ਓਬਾਮਾ ਮੁੱਲਾਂਪੁਰ ਦੇ ਨੇੜੇ ਚੋਰੀ ਦੀਆਂ ਮੱਝਾਂ ਸਮੇਤ ਗ੍ਰਿਫਤਾਰ। ਇੱਧਰੋਂ ਦੂਜੀ ਆ ਗਈ ਨਾ, ਅਮਰੀਕਨ ਫੌਜਾਂ ਵੱਲੋਂ ਇਰਾਕ ਦੀਆਂ ਜੇਲ੍ਹਾਂ 'ਚ ਪੰਮੀ ਬਾਈ ਨਾਲ ਭੰਗੜੇ ਦੀਆਂ ਕਲਾਸਾਂ 23 ਤਰੀਕ ਤੋਂ ਸ਼ੁਰੂ। ਅਫਗਾਨਿਸਤਾਨ ਦੀਆਂ ਪਹਾੜੀਆਂ 'ਚ ਲੁੱਕ ਕੇ ਬੈਠੇ ਲਦੇਨ ਨੂੰ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਦੇਣ ਦਾ ਫੈਸਲਾ। ਮੁੱਖ ਮੰਤਰੀ ਦੀ ਅੱਜ ਸਰਕਾਰੀ ਰਿਹਾਇਸ਼ 'ਤੇ ਮੱਝ ਨੇ 7 ਲੱਤਾਂ ਵਾਲੇ ਕੱਟੇ ਨੂੰ ਜਨਮ ਦਿੱਤਾ। ਮੇਰਾ ਭਾਰਤ ਮਹਾਨ ਹੈ ਬੱਸ ਸਟੈਂਡ ਦੇ ਪਿੱਛੇ ਆਪਣੇ ਹਰਮਨ ਪਿਆਰੇ ਨੇਤਾ ਨੂੰ ਵੋਟਾਂ ਪਾ ਕੇ ਮਰਦਾਨਾ ਤਾਕਤ ਹਾਸਲ ਕਰੋ। ਉਹ ਵਿੱਚ ਉਹ ਵੀ ਸੀ ਖਾਨਦਾਨੀ ਵੈਦ, ਉਹ ਬੜੇ ਫਿਰਦੇ ਹੁੰਦੇ ਉੱਥੇ। ਅਟਲ ਬਿਹਾਰੀ ਵਾਜਪਾਈ ਨੇ ਜ਼ੋਰ ਦੇ ਕੇ ਕਿਹਾ ਇੱਕ ਸੁੰਦਰ ਤੇ ਸੁਸ਼ੀਲ ਕੰਨਿਆ ਦੀ ਜ਼ਰੂਰਤ। ਭਾਰਤ ਨੂੰ ਅਥਲੈਟਿਕਸ ਦੇ ਵਿੱਚ ਓਲੰਪਿਕ ਖੇਡਾਂ ਸੋਨੇ ਤਗਮੇ ਦੀ ਉਮੀਦ, ਤਿਹਾੜ ਜੇਲ੍ਹ 'ਚੋਂ 7 ਕੈਦੀ ਫਰਾਰ। ਕੀ ਤੁਹਾਡੀ ਨਿਗਾਹ ਕਮਜ਼ੋਰ ਹੈ ਤਾਂ ਅੱਜ ਹੀ ਆਓ ਠੇਕਾ ਸ਼ਰਾਬ ਦੇਸੀ। ਹੋਰ ਦੇਖੋ ਸਭ ਤੋਂ ਖਤਰਨਾਕ, ਬੇ ਔਲਾਦ ਪਰੇਸ਼ਾਨ ਨਾ ਹੋਵੋ, 15 ਤਰੀਕ ਨੂੰ ਲਾਲੂ ਪ੍ਰਸ਼ਾਦ ਯਾਦਵ ਤੁਹਾਡੇ ਸ਼ਹਿਰ 'ਚ ਆਉਣਗੇ। ਤਾਣੀਆਂ ਬਾਰੇ ਕੀ ਖਿਆਲ ਹੈ? ਇੱਥੋਂ ਕਾਮੇਡੀ ਲੱਭ ਜਾਂਦੀ ਹੈ, ਦੂਰ ਜਾਣ ਦੀ ਲੋੜ ਹੀ ਨਹੀਂ, ਤੁਰੇ ਜਾਂਦੇ ਕਾਮੇਡੀ ਲੱਭ ਜਾਂਦੀ ਹੈ। ਸੋ ਇਸ ਕਰਕੇ ਇਹ ਆਪਣੇ 'ਤੇ ਹੈ, ਇਹ ਆਪਣੇ 'ਤੇ ਕਿ ਆਪਾਂ ਕਿਹੜੇ ਅੰਦਾਜ਼ ਨਾਲ ਦੇਖਦੇ ਹਾਂ, ਆਪਾਂ ਕਿਵੇਂ ਦੇਖਦੇ ਹਾਂ ਉਸ ਗੱਲ ਨੂੰ। ਅਤੇ ਇੱਥੇ ਵੀ ਮਿਲ ਜਾਂਦੇ ਆ ਬੱਚੇ, ਅੱਛਾ ਬੱਚੇ ਇੱਥੋਂ ਦੇ ਬੱਚੇ ਹੋਰ ਤਰ੍ਹਾਂ ਦੇ ਨੇ, ਥੋੜ੍ਹੇ ਜਿਹੇ ਡਿਜੀਟਲ ਬੱਚੇ ਨੇ। ਵੈਸੇ ਤਾਂ ਪੰਜਾਬ 'ਚ ਵੀ ਅੱਜ ਕੱਲ੍ਹ ਡਿਜੀਟਲ ਬੱਚੇ ਪੈਦਾ ਹੋ ਰਹੇ ਨੇ, ਬੱਚਾ ਜੰਮਣ ਸਾਰ
ਬਾਹਰ ਨਰਸ ਨੂੰ ਕਹਿੰਦਾ ਆਂਟੀ ਮੋਬਾਈਲ ਫੋਨ ਹੈਗਾ ਉਹ ਕਹਿੰਦੀ ਆਪਨੇ ਕੀ ਕਰਨਾ ਹੈ ਕੋਈ ਖਾਸ ਕੰਮ ਨਹੀਂ ਕਹਿੰਦਾ ਰੱਬ ਨੂੰ SMS ਭੇਜਣਾ ਵੀ ਠੀਕ ਠਾਕ ਪਹੁੰਚ ਗਏ ਸੀ ਇਹ ਜਿਹੇ ਜਵਾਕ ਪੈਦਾ ਹੋ ਰਹੇ ਨੇ ਇੱਕ ਹੋਰ ਬੱਚਾ ਜੰਮਿਆ ਪੰਜਾਬ 'ਚ ਉਹ ਜੰਮਣ ਸਾਰ ਨਰਸ ਨੂੰ ਕਹਿੰਦਾ ਆਂਟੀ ਲਾਈਟ ਹੈਗੀ ਉਹ ਕਹਿੰਦੀ ਨਾ ਓ ਨੋ ਕਹਿੰਦਾ ਇਹਦਾ ਮਤਲਬ ਫਿਰ ਪੰਜਾਬ ਜੰਪੇ ਅਜੇ ਸਾਲ ਪਹਿਲਾਂ ਗਰਮੀ ਨਾ ਮਰੇ ਸੀ ਕਹਿੰਦਾ ਆ ਸਾਡਾ ਪੰਜਾਬ ਇਹ ਸਾਡਾ ਪੰਜਾਬ ਹੈ ਮਨਾ ਨਹੀਂ ਕਰ ਸਕਤੀ ਕਿਸੀ ਕੋ ਸ਼ਰਾਬ ਪੀਨੇ ਸੇ ਪੰਜਾਬ ਪੁਲਿਸ ਕਿਉਂਕਿ ਹਰ ਸਿਪਾਹੀ ਕੇ ਕੰਧੇ ਪਰ ਲਿਖਾ ਹੈ ਪੀ ਟੀ ਹਰਿਆਣਾ ਪੁਲਿਸ HP ਹੋਰ ਪੀ ਦਿੱਲੀ ਪੁਲਿਸ DP ਦਿੱਲੀ ਪੀ CRP ਚੋਰੀਆਂ ਰੋਜ਼ ਪੀ ਤੋ ਸਾਡੇ ਤਾਂ ਇਹ ਜਿਹਾ ਪੰਜਾਬ ਪੁਲਿਸ ਵਰਗੀ ਪੁਲਿਸ ਨਹੀਂ ਉਹ ਦੁਨੀਆ 'ਚ ਮਿਲੀ ਬਾਈ ਪੰਜਾਬ ਪੁਲਿਸ ਦੁਨੀਆ ਦੀ ਪਹਿਲੀ ਪੁਲਿਸ ਹੈ ਜਿਹੜੀ ਨਹਿਰ 'ਚ ਨਹਾਉਂਦੇ ਭਈਏ ਨੂੰ ਵੀ ਕਹਿ ਦਿੰਦੀ ਆ ਉਹ ਭਈਆ ਉਹ ਬਾਹਰ ਨਿਕਲ ਕੇ ਕੱਪੜੇ ਪਾਓ ਤੇਰੀ ਤਲਾਸ਼ੀ ਲੈਣੀ ਆ ਤਾੜੀਆਂ ਬਾਰੇ ਕੀ ਗੱਲ ਹੈ ਮੈਂ ਤੁਹਾਨੂੰ ਦੱਸੀ ਜਾਣਾ ਤੁਸੀਂ ਬੈਠੇ ਰਹੋ ਮੈਂ ਤਾਂ ਉਤੜਨ ਨੂੰ ਫਿਰਦਾ ਭਰੇ ਪਏ ਅੰਦਰੋਂ ਤੁਹਾਡਾ ਪਿਆਰ ਚਾਹੀਦਾ ਬਸ ਆਹ ਮਾਵਾਂ ਭੈਣਾਂ ਬੈਠੀਆਂ ਨੇ ਲਾਈਕ ਇੱਥੇ ਇੱਥੋਂ ਵਾਲੇ ਵੀ ਬੈਠੇ ਆ ਲਾਈਕ ਗੋਡੀਆ ਨਾਈਸ ਆ ਲਾਈਕ ਉਹ ਵੀ ਬੈਠੇ ਆ ਲਾਈਕ ਬੋਈ ਉਰੋਂ ਵਾਲੇ ਬੋਈ ਲਾਈਕ ਗੋਡੀਆ ਨਾ ਨਾਈਸ ਆ ਓ ਯਾ 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 ਆ ਦੋ ਤੈਨੂੰ ਤਾਂ ਐਂ ਲੱਗਦਾ ਜਿਵੇਂ ਚੀਕਾਂ ਲੱਗੀਆਂ ਹੋਣ ਇਲਾਜ ਕਰਾ ਲਓ ਬਾਈ ਇਹ ਬਹੁਤ ਖਤਰਨਾਕ ਬਿਮਾਰੀ ਆ ਰਾਕ ਦੇ ਰਾਜੇ ਨੂੰ ਹੋਈ ਸੀ ਕਿਰਾਂ ਇਹ ਵਾਹ ਬਾਈ ਵਾਹ ਵਾਹ ਸੋ ਇਸ ਕਰਕੇ ਇਹ ਜਿਹੜਾ ਕਲਚਰ ਹੈ ਇਹ ਜਿਹੜੇ ਹਾਸੇ ਨੇ ਇਹ ਨਹੀਂ ਆਉਣੇ ਦੁਬਾਰਾ ਸੋ ਇੱਥੋਂ ਦੇ ਕਲਚਰ ਦੇ ਵਿੱਚ ਵੀ ਫਰਕ ਪੈ ਗਿਆ ਇੱਥੋਂ ਦੇ ਕਲਚਰ 'ਚ ਫਰਕ ਪੈ ਗਿਆ ਹੁਣ ਇੱਥੇ ਬਾਹਰਲੇ ਉੱਥੇ ਹੁਣ ਪਿੰਡ ਜਾਈਦਾ ਸ਼ੋਆਂ ਜਾਈਦਾ ਉੱਥੋਂ ਦੇ ਬੱਚੇ ਥੋੜ੍ਹੇ ਸੰਗਦੇ ਹੈ ਉਹ ਸ਼ੋਅ 'ਤੇ ਗਏ ਕਿਸੇ ਬਰਨਾਲੇ ਦੇ ਨੇੜੇ ਇੱਕ ਪਿੰਡ 'ਚ ਉੱਥੇ ਮੈਂ ਸਟੇਜ ਦੇ ਪਿਛਲੇ ਪਾਸੇ ਗੱਡੀ 'ਚ ਬੈਠਾ ਦੋ ਬੱਚੇ ਉਹ ਮੇਰੇ ਵੱਲ ਆਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹਨਾਂ ਦੀ ਹਿੰਮਤ ਨਹੀਂ ਪੈ ਰਹੀ ਸੀ ਇੱਕ ਦੂਜੇ ਨੇ ਨਾਕੂ ਨਹੀਂ ਮਾਰੀਆਂ ਤੂੰ ਜਾ ਉਹ ਦੂਜੇ ਕਹਿੰਦਾ ਮੈਂ ਕੋ ਜਾਵਾਂ ਮੈਂ ਕੌਣ ਤੇ ਮੈਨੂੰ ਭਗਵੰਤ ਮਾਨ ਆ ਤੂੰ ਜਾ ਮੈਂ ਕੋ ਜਾਵਾਂ ਨਲੀ ਚੋ ਚਲ ਜਾ ਮੈਂ ਤੂੰ ਜਾ ਭਗਵੰਤ ਮਾਨ ਆ ਲਓ ਜੀ ਇੱਕ ਨੇ ਹਿੰਮਤ ਕਰ ਲਈ ਉਹ ਮੇਰੇ ਕੋਲ ਗੱਡੀ ਕੋਲ ਆਇਆ ਕੁਛ ਨਹੀਂ ਬੋਲਿਆ ਸ਼ੀਸ਼ਾ ਖੁੱਲ੍ਹਾ ਸੀ ਇੱਦਾਂ ਮੇਰੇ ਮੋਢੇ 'ਤੇ ਹੱਥ ਲਾਇਆ ਕੁਛ ਨਹੀਂ ਬੋਲਿਆ ਅਸੀਂ ਵਾਪਸ ਗਿਆ ਆਪਦੇ ਨਾਲ ਦੇ ਕੋਲ ਜਾ ਕੇ ਕਹਿੰਦਾ ਤੂੰ ਵੀ ਹੱਥ ਲਾਇਆ ਕੁਛ ਨਹੀਂ ਕਹਿੰਦਾ ਮੈਂ ਕੁੱਤਾ ਮੈਂ ਕੋਈ ਪੜਦਾ ਯਾਰ ਬੱਚਿਆਂ ਦਾ ਪਿਆਰ ਇੱਥੋਂ ਵਾਲੇ ਹੋਰ ਨੇ ਹੁਣ ਉੱਥੋਂ ਵਾਲੇ ਬੱਚੇ ਨੇ ਇੰਡੀਆ ਦੇ ਵਿੱਚ ਬਾਪੂ ਨੇ ਕਹਿਣਾ ਹੋਵੇ ਆਪਣੇ ਬੇਟੇ ਨੂੰ ਓਏ ਪੁੱਤ ਜਾਂ ਤੇਰੀ ਮਾਂ ਨੂੰ ਬੁਲਾ ਕੋਈ ਕੰਮ ਹੈ ਹੁਣ ਪਿੰਡ ਵਾਲਾ ਬੱਚਾ ਜਾ ਕੇ ਕਹਿੰਦਾ ਬੇਬੇ ਤੈਨੂੰ ਬਾਪੂ ਬੁਲਾਉਂਦਾ ਸ਼ਹਿਰ ਵਾਲਾ ਕਹਿੰਦਾ ਮੰਮੀ ਤੈਨੂੰ ਡੈਡੀ ਜੀ ਬੁਲਾਉਂਦੇ ਆ ਇੱਥੋਂ ਵਾਲਾ ਕਹਿੰਦਾ ਮੋਮ ਤੈਨੂੰ ਡੈਡ ਮੰਗਦਾ ਮੈਂ ਕਿਹਾ ਹੁਣ ਕਿੱਥੇ ਮੰਗਦਾ ਇਹ ਤਾਂ 30-35 ਸਾਲ ਪਹਿਲਾਂ ਮੰਗਦਾ ਸੀ ਹੁਣ ਤਾਂ ਛੱਡਣਾ ਮੰਗਦਾ ਅੱਛਾ ਹੁਣ ਇੰਡੀਆ ਵਾਲੇ ਪੰਜਾਬ ਵਾਲੇ ਬੱਚੇ ਨੂੰ ਕੇਲਾ ਲੈ ਕੇ ਦੇ ਦੇ ਮਾਂ ਉਹਦੀ ਬੱਚਾ ਕਹਿੰਦਾ ਮੰਮੀ ਕੇਲਾ ਛਿੱਲ ਦੋ ਇੱਥੋਂ ਵਾਲੇ ਕਹਿੰਦੇ ਮੋਮ ਕੇਲਾ ਖੋਲ ਦੋ ਪਜਾਮਾ ਪਾਇਆ ਤੇ ਖੋਲ ਦਿਓ ਸਾਡੇ ਦੋਸਤ ਆ ਗਏ ਅਮਰੀਕਾ ਤੋਂ ਉਹਨਾਂ ਦੇ ਬੱਚੇ ਆ ਕੇ ਕਹਿੰਦੇ ਪਿੰਡ ਜਾਣਾ ਮੈਂ ਆਪਣੇ ਪਿੰਡ ਲੈ ਗਿਆ ਉਹਨਾਂ ਨੂੰ ਹੁਣ ਆਪਣੇ ਪਿੰਡ ਤੁਹਾਨੂੰ ਪਤਾ ਟੋਭਾ ਹੀ ਆਉਂਦਾ ਸਭ ਤੋਂ ਪਹਿਲਾਂ ਟੋਭਾ ਆ ਗਿਆ ਹੁਣ ਦਾ ਬੱਚਾ ਕਹਿੰਦਾ ਮੋਮ ਇਹ ਮੱਝਾਂ ਦਾ ਸਵਿਮਿੰਗ ਪੂਲ ਆ ਮੈਂ ਕਿਹਾ ਨਹੀਂ ਕੱਲੀਆਂ ਮੱਝਾਂ ਦਾ ਨਹੀਂ ਤੇਰੇ ਬਾਪੂ ਦਾ ਵੀ ਇਹੀ ਆ ਇੱਥੇ ਪੂਛਾਂ ਫੜ ਕੇ ਸਿੱਖਦੇ ਰਹੇ ਹਾਂ ਅਸੀਂ ਮੈਂ ਫਰਕ ਪੈ ਜਾਂਦਾ ਹੁਣ ਤੁਸੀਂ ਦੇਖੋ ਜਦੋਂ ਇੱਥੇ ਆ ਗਏ ਅੰਗਰੇਜ਼ੀ ਦੇ ਆਪਾਂ ਇੱਥੇ ਵੀ ਧੂਆਂ ਕੱਢ ਦਿੰਦੇ ਹਾਂ ਜੋ ਅੰਗਰੇਜ਼ੀ ਨਾਲ ਕੁੱਤੇ ਖਾਣੀ ਆਪਾਂ ਕਰ ਰਹੇ ਹਾਂ ਨਾ ਹੋਰ ਕੋਈ ਨਹੀਂ ਕਰ ਰਿਹਾ ਇੱਕ ਪੈਟਰੋਲ ਪੰਪ ਵਾਲਾ ਮੁੰਡਾ ਮਿਲ ਗਿਆ ਮੈਨੂੰ ਕੱਲ੍ਹ ਹੰਸਲੋ ਪੰਪ 'ਤੇ ਲੱਗਿਆ ਸੀ ਮੈਂ ਕਿਹਾ ਯਾਰ ਅੰਗਰੇਜ਼ੀ ਗੁਰੂ ਜੀ ਕਹਿੰਦਾ ਆਉਂਦੀ ਨਹੀਂ ਮੈਂ ਕਿਹਾ ਫਿਰ ਕਿਵੇਂ ਕਰਦੇ ਹੋ ਕਹਿੰਦਾ ਜਿੰਨੀ ਆਉਂਦੀ ਸਾਰੀ ਉਹਨਾਂ ਮੂਹਰੇ ਸਿੱਟ ਲੈਂਦੇ ਆਪ ਹੀ ਚੁੱਕ ਲੈਂਦੇ ਆ
ਅੱਛਾ ਯਾਰ ਕਮਾਲ ਦੀ ਗੱਲ ਹੈ ਕਹਿੰਦਾ ਭਾਜੀ ਐਂ ਬਦਲੇ ਲਵਾਂਗੇ ਨਾ ਤਾਂ ਹੋਰ ਕੋਈ ਤਰੀਕਾ ਨਹੀਂ ਨਾ ਤਾਂ ਬਦਲੇ ਲੈਣ ਦਾ ਹਾਂ ਮਾਂ ਆ ਸਾਡੀਆਂ ਬੇਬੇ ਮਾਵਾਂ ਵੀ ਸਾਡੀ ਅੰਗਰੇਜ਼ੀ ਬੋਲਦੀਆਂ ਸਟੋਰ ਦੋ ਹੀ ਗੱਲਾਂ ਕਹਿਣੀਆਂ ਉੱਥੇ ਵੀ ਇਹੀ ਕਹਿੰਦੇ ਆ ਉੱਥੇ ਕਹਿੰਦੇ ਸੀ ਭਾਈ ਕਿੰਨੀ ਦੀ ਚੀਜ਼ 90 ਰੁਪਏ ਦੀ ਨਾ ਭਾਈ ਬਾਲੀ ਮਹਿੰਗੀ ਹੈ ਗੱਲ ਇੱਥੇ ਵੀ ਉਹੀ ਹੈ ਗੱਲ ਅੰਗਰੇਜ਼ੀ 'ਚ ਹੈ ਹਾਓ ਮੱਚ 25.2 ਮੱਚ ਬਸ ਥੋੜ੍ਹਾ ਜਿਹਾ ਮੱਚ ਹੈ ਬਸ ਇੰਨਾ ਕੁ ਫਰਕ ਹੈ ਸੋ ਫਰਕ ਪੈ ਗਿਆ ਨਾ ਹੁਣ ਕੈਲੀਫੋਰਨੀਆ ਦੇ ਵਿੱਚ 62 ਚੱਲਦੀ ਹੈ 62 ਉੱਥੇ ਮੈਟਰੋ ਟ੍ਰੇਨ ਜਿਵੇਂ ਆਪਣੀ ਤੁਹਾਡੀ ਆ ਟਿਊਬ ਕਹਿੰਦੇ ਹੋ ਜਿਹਨੂੰ ਉਹ ਚੱਲਦੀ ਹੈ ਉਹਦੇ 'ਚ 7-8 ਪੰਜਾਬਣ ਬੁੜੀਆਂ ਰੋਜ਼ ਜਾਂਦੀਆਂ ਸੀ ਇੱਕ ਬੰਦਾ ਰੋਜ਼ ਦੇਖਦਾ ਸੀ 20 ਦਿਨਾਂ ਬਾਅਦ ਉਹਨੇ ਉਹ ਬੁੜੀਆਂ ਨੂੰ ਰੋਕਿਆ ਕਹਿੰਦਾ ਮਾਤਾ ਜੀ ਇੱਕ ਗੱਲ ਕਹਿਣੀ ਹੈ ਮੈਂ ਗੱਲ ਪੁੱਛਣੀ ਹੈ ਤੁਸੀਂ ਪਿਛਲੇ 20-25 ਦਿਨ ਤੋਂ ਮੈਂ ਦੇਖਦਾ ਰੋਜ਼ ਇੱਥੋਂ ਚੜ੍ਹਦੀ ਹੋ ਉਹ ਉੱਥੇ ਜਾ ਕੇ ਉਤਰਦੀ ਹੋ 16ਵੇਂ 17ਵੇਂ ਸਟੇਸ਼ਨ 'ਤੇ ਨਾ ਤਾਂ ਤੁਹਾਨੂੰ ਅੰਗਰੇਜ਼ੀ ਬੋਲਣੀ ਆਉਂਦੀ ਹੈ ਨਾ ਸਮਝਣੀ ਆਉਂਦੀ ਹੈ ਨਾ ਸਮਝਾਉਣੀ ਆਉਂਦੀ ਹੈ ਨਾ ਦੇਖਣੀ ਆਉਂਦੀ ਹੈ ਨਾ ਦਿਖਾਉਣੀ ਆਉਂਦੀ ਹੈ ਤੇ ਤੁਹਾਨੂੰ ਕਿਵੇਂ ਪਤਾ ਲੱਗਦਾ ਤੁਹਾਡਾ ਸਟੇਸ਼ਨ ਆ ਗਿਆ ਉਹ ਬੁੜੀ ਨੇ ਚੁੰਨੀ ਦਿਖਾਤੀ ਉਹ ਕਹਿੰਦੀ ਪੁੱਤ 16 ਗੰਢਾਂ ਦੇ ਕੇ ਚੜ ਜਾਨੀ ਆ ਜਿੱਥੇ ਗੱਡੀ ਰੁਕ ਗਈ ਇੱਕ ਗੰਢ ਖੋਲ ਦਿੰਨੀ ਆ ਜਿੱਥੇ ਗੱਡੀ ਖੁੱਲ ਗਈ ਜਿੱਥੇ ਗੱਡੀ ਰੁਕ ਗਈ ਗੰਢ ਖੋਲਤੀ ਜਦੋਂ ਸਪਾਟ ਹੋ ਗਈ ਸਮਝ ਲਓ ਸਾਡੇ ਵਾਲਾ ਆ ਗਿਆ ਲੈ ਜਿੱਦੇ ਕੰਪਿਊਟਰ ਦੀ ਗਲਤੀ ਕਰਕੇ ਗੱਡੀ ਕਿਤੇ ਵਿਚਾਲੇ ਰੁਕ ਗਈ ਉਹ ਬੁੜੀਆਂ ਨਹੀਂ ਸੌਂਦੀਆਂ ਬਾਈ ਫਿਰ ਉਹ ਅਖਬਾਰ ਚ ਪਾਣੀਆਂ ਪੈਣੀਆਂ ਫਿਰ ਕਿਆ ਬਾਤ ਸੋ ਇੰਨਾ ਇੰਨਾ ਫਰਕ ਪੈ ਜਾਂਦਾ ਬਾਕੀ ਉੱਧਰ ਹੁਣ ਟੋਰਾਂਟੋ ਦੇ ਵਿੱਚ ਹੁਣ ਭੁੱਕੀ ਜਿਹੜੀ ਆਪਣੇ ਤਾਂ ਤੁਹਾਨੂੰ ਪਤਾ ਨਸ਼ਾ ਉਹ ਟੋਰਾਂਟੋ ਵਾਲੇ ਭੁੱਕੀ ਨੂੰ ਨਸ਼ੇ ਨਹੀਂ ਮੰਨਦੇ ਕਨੇਡਾ ਵਾਲੇ ਪੋਪੀ ਫਲਾਵਰ ਗੋਰੇ ਪਾਉਂਦੇ ਆਪਣੀਆਂ ਕਬਰਾਂ 'ਤੇ ਫਿਰ ਟੋਰਾਂਟੋ ਵਾਲਿਆਂ ਨੇ ਪੰਜਾਬੀਆਂ ਨੇ ਪਹਿਲਾਂ ਤਾਂ ਉਹਨਾਂ ਦੀਆਂ ਕਬਰਾਂ ਸਾਫ਼ ਕਰਤੀਆਂ ਸਨ ਉਹ ਕਬਰਾਂ ਖਾ ਗਏ ਬਈ ਇੱਕ ਬੁੜਾ ਮੈਨੂੰ ਕਹਿੰਦਾ ਮੈਂ ਘੱਟੋ ਘੱਟ 7 ਕਬਰਾਂ ਖਾ ਗਿਆ ਮੈਂ ਕਿਹਾ ਵੈਰੀ ਗੁੱਡ ਬੜੀ ਪ੍ਰਾਪਤੀ ਆ ਜਦੋਂ ਕਬਰ ਕਹਿੰਦੇ ਤੁਹਾਡੇ ਲੋਕ ਪੋਪੀ ਫਲਾਵਰ ਬਹੁਤ ਖਰੀਦ ਕੇ ਲੈ ਕੇ ਜਾਂਦੇ ਆ ਇਹ ਤਾਂ ਮਰਿਆਂ 'ਤੇ ਪਾਉਂਦੇ ਆ ਉਹ ਬੇਬੇ ਕਹਿੰਦੀ ਤੈਨੂੰ ਕਿਵੇਂ ਸਮਝਾਵਾਂ ਨਹੀਂ ਤੁਹਾਡੇ ਤਾਂ ਇਹ ਮਰਿਆਂ 'ਤੇ ਪਾਉਂਦੇ ਆ ਸਾਡੇ ਮਰਿਆਂ 'ਚ ਜਾਨ ਪਾਉਂਦੇ ਆ ਕਹਿੰਦੀ ਇਹਨੂੰ ਖਾਧੇ ਬਿਨਾਂ ਉੱਠਦੇ ਹੀ ਨਹੀਂ ਸੋ ਫਰਕ ਹੈ ਇੰਨਾ ਫਰਕ ਹੈ ਬਾਬਾ ਜੀ ਮਿਲੇ ਮੈਨੂੰ ਬਜ਼ੁਰਗ ਮਿਲੇ ਟੋਰਾਂਟੋ 'ਚ ਮੈਂ ਕਿਹਾ ਬਜ਼ੁਰਗੋ ਕਿਵੇਂ ਹੈ ਜ਼ਿੰਦਗੀ ਕਿਵੇਂ ਹੈ ਭੰਗੜਾ ਵੀ ਪਾਵਾਂਗੇ ਕੋਈ ਗੱਲ ਤਾਂ ਸੁਣ ਲਓ ਯਾਰ ਭਾਈਆ ਇਹ ਭੰਗੜਾ ਹੀ ਪਾਉਣਾ ਮੈਨੂੰ ਪਤਾ ਕੱਲ੍ਹ ਨੂੰ ਕੰਮ 'ਤੇ ਵੀ ਜਾਣਾ ਇਸ ਕਰਕੇ ਕਹਿੰਦਾ ਵੀ ਤੂੰ ਹੁਣ ਸੁੱਟੋ 4-5 ਵੱਜ ਗਏ ਯਾਰ ਭੰਗੜਾ ਪਾਈਏ ਜਾ ਕੇ ਸੋਈਏ ਬਜ਼ੁਰਗ ਮਿਲ ਗਏ ਬਜ਼ੁਰਗ ਮੈਨੂੰ ਮਿਲੇ ਮੈਂ ਕਿਹਾ ਬਜ਼ੁਰਗੋ ਕਿਵੇਂ ਆ ਜ਼ਿੰਦਗੀ ਕਾਹਦਾ ਕੰਮ ਆ ਕੋਤਾ ਕੰਮ ਆ ਕਾਹਦੇ ਮੁਲਕ ਆ ਇਹ ਮੈਂ ਕਿਹਾ ਕਿਵੇਂ ਕੋਤਾ ਕੰਮ ਆ ਠੰਡ ਆ ਕੋਤਾ ਕੰਮ ਆ ਇੱਥੇ ਮੈਂ ਕਿਹਾ ਦੱਸੋ ਕੰਮ ਕੀ ਕੰਮ ਕਾਹਦਾ ਇੱਥੇ ਕੋਤਾ ਕੰਮ ਆ ਆ ਸਾਡੇ ਘਰ ਦੀ ਕੁੱਤੇ ਖਾਣੀ ਸੁਣ ਲਾ ਮੈਂ ਕਿਹਾ ਸੁਣਾਓ ਆ ਹੁਣ ਪਿਛਲੇ 8 ਸਾਲ ਤੋਂ ਮੇਰਾ ਮੁੰਡਾ ਕੰਮ 'ਤੇ ਮੇਰੀ ਬਹੂ ਕੰਮ 'ਤੇ ਆ ਬੱਚੇ ਪਤਾ ਨਹੀਂ ਕਦੋਂ ਤੇ ਕਿਵੇਂ ਜੰਮਤੇ ਕੋਈ ਬੰਦਿਆਂ ਵਾਲੀ ਗੱਲ ਆ ਇਹ ਤੇ ਸਾਹਮਣੇ ਹੀ ਨਹੀਂ ਫਿਰ ਜੰਮੇ ਕਿਉਂ ਆ ਮੈਂ ਕਿਹਾ ਬਜ਼ੁਰਗੋ ਚਲੋ ਇਹ ਤਾਂ ਚਲੋ ਕੰਮਾਂ ਕਾਰਾਂ ਜਾਣਾ ਪੈਂਦਾ ਹੋਰ ਇੱਥੇ ਕੀ ਪ੍ਰੋਬਲਮ ਕਾਹਦੇ ਪੰਗੇ ਆ ਕੋਤਾ ਕੰਮ ਆ ਇੱਥੇ ਬੜੇ ਕੋਤੇ ਮੁਲਕ ਆ ਇਹ ਮੈਂ ਕਿਹਾ ਕਿਵੇਂ ਇੱਥੇ ਪਰੌਂਠੇ ਜਦੋਂ ਬਣਾਉਣੇ ਆ ਪਰੌਂਠਿਆਂ ਨਾਲ ਧੂੰਆਂ ਨਿਕਲਦਾ ਉਹ ਫਾਇਰ ਅਲਾਰਮ ਚੱਲਦਾ ਫਿਰ ਜੇ ਫਾਇਰ ਅਲਾਰਮ ਚੱਲਦਾ ਪੁਲਿਸ ਆਉਂਦੀ ਆ ਜਦੋਂ ਪਰੌਂਠੇ ਬਣਾਉਂਦੇ ਆ ਬੁੜਿਆਂ ਦੀ ਡਿਊਟੀ ਤਾਂ ਪੱਖੇ 'ਤੇ ਲਾਉਂਦੇ ਆ ਹੀ ਗਲੀ 'ਚ ਜੇ ਹਟ ਗਿਆ ਪੁਲਿਸ ਆਊ ਬੜਾ ਪੰਗਾ ਹੀ ਆ ਯਾਰ ਕੈਸੇ ਮੁਲਕ ਆ ਸਾਡੇ ਪੰਜਾਬ 'ਚ ਤਾਂ ਕਤਲ ਕਰੇ ਤੇ ਵੀ ਨਹੀਂ ਆਉਂਦੇ ਜੇ ਪਰੌਂਠੇ ਬਣਾਉਣ 'ਤੇ ਵੀ ਆ ਜਾਂਦੇ ਆ ਬੜਾ ਕੋਈ ਤਾਂ ਕੰਮ ਆ ਇਹ ਮੈਂ ਕਿਹਾ ਹੋਰ ਕੋਈ ਪ੍ਰੋਬਲਮ ਬਸ ਕੋਈ ਖਾਸ ਪ੍ਰੋਬਲਮ ਨਹੀਂ ਠੰਡ ਪੈਂਦੀ ਆ ਸਨੋਅ ਪੈਂਦੀ ਆ ਸਨੋਅ ਦੇ ਵਿੱਚ ਸਰਦੀਆਂ ਦੇ ਵਿੱਚ ਬੁੜੀਆਂ ਦੀਆਂ ਲੱਤਾਂ ਖੜ ਜਾਂਦੀਆਂ ਬੁੜੀਆਂ ਨੂੰ ਲੱਤਾਂ ਕੰਮ ਨਹੀਂ ਕਰਨ ਦਿੰਦੀਆਂ ਲੱਤਾਂ ਨਹੀਂ ਕੰਮ ਕਰਨ ਦਿੰਦੀਆਂ ਮੇਨ ਪ੍ਰੋਬਲਮ ਇਹਨਾਂ ਕੰਟਰੀਆਂ 'ਚ ਲੱਤਾਂ ਦੀ ਆ ਸਰਦੀਆਂ ਦੇ ਵਿੱਚ ਬੁੜੀਆਂ ਦੀਆਂ ਲੱਤਾਂ ਖੜ ਜਾਂਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਮੇਨ ਪ੍ਰੋਬਲਮ ਲੱਤਾਂ ਦੀ ਆ ਸਰਦੀਆਂ 'ਚ ਮੈਂ ਕਿਹਾ ਗਰਮੀਆਂ 'ਚ ਤਾਂ ਗਰਮੀਆਂ 'ਚ ਗੋਰੀਆਂ ਦੇ ਲੱਤਾਂ ਨਹੀਂ ਕੰਮ ਕਰਨ ਦਿੰਦੀਆਂ ਪ੍ਰੋਬਲਮ ਤਾਂ ਮੇਨ ਲੱਤਾਂ ਦੀ ਹੋਈ ਆ ਪਕਾਮੀਆਂ ਯਾਰ ਇੱਥੇ ਸਹੀ ਗੱਲ ਹੈ ਨਾ ਕਰੀਏ ਦੱਸੋ ਕੀ ਮੈਂ ਕਿਹਾ ਵੀ ਹੋਰ ਇਹ ਮੁਲਕਾਂ ਦਾ ਵੀ ਕੀ ਤੁਸੀਂ ਦੱਤ ਕੱਢਿਆ ਕਾਹਦਾ ਦੱਤ ਕੱਢਿਆ ਗਰੀਬ ਮੁਲਕ ਆ
ਗਰੀਬ ਮੁਲਕ ਆ ਕੈਨੇਡਾ ਅਮਰੀਕਾ ਗਰੀਬ ਮੁਲਕ ਆ ਹਾਂ ਗਰੀਬ ਮੁਲਕ ਆ ਕੁੜੀਆਂ ਨੂੰ ਪਾਉਣ ਨੂੰ ਕੱਪੜੇ ਹੈ ਨਹੀਂ ਇਹਨਾਂ ਕੋਲੇ ਮੈਂ ਕਿਹਾ ਕਿਵੇਂ ਆ ਜਿੰਨੇ ਕੱਪੜੇ ਪਾ ਕੇ ਇੱਥੇ ਗੋਰੀਆਂ ਸੜਕਾਂ ਤੁਰੀਆਂ ਫਿਰਦੀਆਂ ਉਦੋਂ ਬਾਅਦ ਕੱਪੜੇ ਸਾਡੇ ਪਿੰਡ ਬੱਕਰੀ ਦੇ ਪਾਏ ਹੁੰਦੇ ਆ ਕੁੱਤਾ ਕਾਮਿਆ ਇਹ ਸਾਰਾ ਕੁੱਤਾ ਕਾਮਿਆ ਹੈ ਮੈਂ ਕਿਹਾ ਬਜ਼ੁਰਗੋ ਕਮਾਲ ਦੀ ਗੱਲ ਹੈ ਇਹੋ ਜਿਹੀਆਂ ਗੱਲਾਂ ਦੱਸੀ ਜਾਂਦੇ ਹੋ ਸੋ ਉੱਥੇ ਵੀ ਪੰਜਾਬੀ ਆਪਣੇ ਕਮਾਲ ਕਰਦੇ ਨੇ ਜਿਵੇਂ ਹੁਣ ਆਹ ਮੇਲਾ ਹੈ ਕਹਿੰਦੇ ਵੀ ਡਰੱਗ ਫਰੀ ਹੈ ਸ਼ਰਾਬ ਨਹੀਂ ਆ ਸਕਦੀ ਸਿਗਰਟ ਨਹੀਂ ਪੀ ਸਕਦੇ ਮੈਂ ਕਿਹਾ ਜੋ ਮਰਜ਼ੀ ਕਹੀ ਜਾਓ ਕੋਈ ਨਾ ਕੋਈ ਜਗਾੜ ਲਾਈ ਲੈਂਦੇ ਆ ਗੁਰਦਾਸ ਮਾਨ ਸਾਹਿਬ ਦਾ ਸ਼ੋਅ ਵੈਨਕੂਵਰ ਦੇ ਵਿੱਚ ਗੁਰਦਾਸ ਮਾਨ ਜੀ ਦਾ ਸ਼ੋਅ ਉਹ ਹਾਲ ਦੇ ਵਿੱਚ ਸ਼ਰਾਬ ਨਹੀਂ ਜਾ ਸਕਦੀ ਅੰਦਰ ਤੇ ਇੱਕ ਬੰਦਾ ਕਹਿੰਦਾ ਚੱਲ ਇੱਥੇ ਬਾਹਰ ਹੀ ਲਾ ਲੈਂਦੇ ਪਾਰਕਿੰਗ 'ਚ ਉਹ ਕਹਿੰਦਾ ਨਹੀਂ ਓਏ ਅੰਦਰ ਜਾ ਕੇ ਪੀਵਾਂਗੇ ਉਹ ਕਹਿੰਦਾ ਮਰਵਾਏਗਾ ਯਾਰ ਅੰਦਰੋਂ ਆਪਾਂ ਨੂੰ ਬਾਹਰ ਕੱਢ ਦੇਣਗੇ ਦੁਬਾਰਾ ਐਂਟਰੀ ਹੈ ਨਹੀਂ ਭਰਜਾਈ ਨਾਲ ਹੈ ਬੇਤੀ ਹੋ ਜੂ ਜਵਾਕਾਂ ਨਾਲ ਕਹਿੰਦਾ ਨਹੀਂ ਅੰਦਰ ਜਾ ਕੇ ਪੀਵਾਂਗੇ ਉਹ ਕਹਿੰਦਾ ਚੱਲ ਤੇਰੀ ਮਰਜ਼ੀ ਹੈ ਅੰਦਰ ਗਏ ਮਾਨ ਸਾਹਿਬ ਨੇ ਸ਼ੋਅ ਸ਼ੁਰੂ ਕਰ ਲਿਆ ਸ਼ੋਅ ਤੋਂ ਬਾਅਦ ਜੋ ਤੀਜਾ ਚੌਥਾ ਗਾਣਾ ਹੋਇਆ ਉਹਨੇ ਮਾਰੀ ਕੂਣੀ ਨਾ ਲਿਆ ਹੁਣ ਕਿੱਥੇ ਆ ਤੂੰ ਤਾਂ ਕਹਿੰਦਾ ਸੀ ਅੰਦਰ ਜਾ ਕੇ ਪੀਵਾਂਗੇ ਉਹ ਕਹਿੰਦਾ ਇੱਕ ਮਿੰਟ ਮੈਂ ਆਉਣਾ ਉਹ ਗਿਆ ਥੋੜ੍ਹੇ ਚਿਰ ਬਾਅਦ ਮੁੜਿਆ ਆ ਉਹ ਕਹਿੰਦਾ ਕਿੱਥੇ ਆ ਬੱਚੇ ਵਾਲੀ ਜਿਹੜੀ ਦੁੱਧ ਵਾਲੀ ਬੋਤਲ ਹੈ ਉਹ ਉਹਨੂੰ ਫੜਾਤੀ ਕਹਿੰਦਾ ਬਾਥਰੂਮ ਜਾ ਕੇ ਤੂੰ ਪਊਆ ਚੁੰਘਿਆ ਮੈਂ ਚੁੰਘਿਆ ਓਏ ਪੰਜਾਬੀ ਓਏ ਸ਼ਰਾਬ ਪੀਂਦੇ ਤਾਂ ਸੁਣੇ ਸੀ ਚੁੰਘਣ ਵੀ ਲੱਗ ਗਏ ਇੱਧਰ ਨੂੰ ਜਾਈ ਜਾਂਦੇ ਹਾਂ ਯਾਰ ਆਪਾਂ ਕਮਾਲ ਦੀ ਕੌਮ ਹੈ ਬਈ ਆਪਣੇ ਵਾਲੇ ਤਾਂ ਬੜੀਆਂ ਨਵੀਆਂ ਨਵੀਆਂ ਗੱਲਾਂ ਦੱਸਦੇ ਆ ਨਵੀਆਂ ਨਵੀਆਂ ਪਤਾ ਹੀ ਨਹੀਂ ਕਿੱਥੋਂ ਗੱਲਾਂ ਲਿਆਉਂਦੇ ਆ ਕਿਵੇਂ ਕਰਦੇ ਆ ਪਰ ਹੋਰ ਦੇਖੋ ਇੰਨੇ ਜੁਗਾੜ ਵਾਲੇ ਇੰਨੇ ਜੁਗਾੜ ਵਾਲੇ ਕੰਮ ਇੱਕ ਪੰਜਾਬੀ ਇੱਕ ਕੈਨੇਡੀਅਨ ਇੱਕ UK ਵਾਲਾ ਤਿੰਨੇ ਕਿਤੇ ਮਿਲ ਗਏ ਆਪਸ 'ਚ ਗੱਲਾਂ ਕਰਨ ਲੱਗੇ ਸ਼ਰਾਬ ਕਿਵੇਂ ਪੀਂਦੇ ਹੋ ਆਪੋ ਆਪਣੇ ਕੰਟਰੀ 'ਚ ਇੰਗਲੈਂਡ ਵਾਲਾ ਕਹਿੰਦਾ ਇੱਕ ਪੱਬ ਦੇ ਵਿੱਚ ਬੈਠੇ ਹੋਈਏ ਇੱਕ 30 ml ਦਾ ਪੈਗ ਪਾਇਆ ਹੋਵੇ ਵਿੱਚ ਦੋ ਪਾਈਆਂ ਹੁਣ ਆਈਸ ਬਸ ਥੋੜ੍ਹਾ ਸੋਡਾ ਟਿਕ ਚਿਕ ਟਿਕ ਚਿਕ ਟਿਕ ਚਿਕ ਟਿਕ ਮਿਊਜ਼ਿਕ ਚੱਲਦਾ ਹੋਵੇ ਬਸ ਪੈਗ ਨੂੰ ਤੜਫਾ ਤੜਫਾ ਕੇ ਪੌਣੇ ਘੰਟੇ 'ਚ ਪੀਏ ਫਿਰ ਨਜ਼ਾਰਾ ਆਉਂਦਾ ਅਮਰੀਕਾ ਵਾਲਾ ਕਹਿੰਦਾ ਕਿਸੇ ਸਨੀ ਬੀਚ 'ਤੇ ਬੈਠੇ ਹੋਈਏ ਸਨੀ ਡੇ ਹੋਵੇ ਓਏ ਹੋਏ ਹੋਏ ਕੋਕ ਪਾਇਆ ਹੋਵੇ ਬੜਾ ਮਜ਼ਾ ਆਉਂਦਾ ਯਾਰ ਪੀਣ ਦਾ ਪੰਜਾਬੀ ਨੂੰ ਪੁੱਛਿਆ ਭਾਈ ਤੁਸੀਂ ਕਿਵੇਂ ਪੀਂਦੇ ਹੋ ਉਹਨੇ ਇੱਧਰ ਉੱਧਰ ਦੇਖਿਆ ਕੱਢਿਆ ਦੇਸੀ ਦਾਦੀਆ ਲੱਕ 'ਚੋਂ ਸਿੱਧਾ ਗਲਾਸ 'ਚ ਨਾ ਪਾਣੀ ਨਾ ਸੋਡਾ ਨਾ ਕੋਕ ਅੱਖਾਂ ਮੀਚ ਕੇ ਗਰ ਅੰਦਰ ਉਹ ਦੋਨੇ ਗੋਰੇ ਕਹਿੰਦੇ ਭਾਜੀ ਤੁਸੀਂ ਪਾਣੀ ਪੂਣੀ ਵੀ ਨਹੀਂ ਪਾਉਂਦੇ ਹੁੰਦੇ ਪੰਜਾਬੀ ਕਹਿੰਦਾ ਅਸੀਂ ਤਾਂ ਪੰਜਾਬੀ ਹਾਂ ਇੰਨਾ ਕੁ ਪਾਣੀ ਤਾਂ ਸ਼ਰਾਬ ਨੂੰ ਦੇਖ ਕੇ ਸਾਡੇ ਮੂੰਹ 'ਚ ਹੀ ਆ ਜਾਂਦਾ ਸਾਡੀਆਂ ਲਾਲਾਂ ਡਿੱਗ ਜਾਂਦੀਆਂ ਅੰਦਰੋਂ ਹੀ ਪੂਰਾ ਹੁੰਦਾ ਸੋ ਇਹ ਇਹ ਆਪਣਾ ਕਲਚਰ ਹੈ ਆਹ ਦੇਖੋ ਕਿਵੇਂ ਖੜੇ ਨੇ ਜਿਵੇਂ ਤਾਲੀਬਾਨ ਨੇ ਖੜਾਏ ਹੋਣ ਇਕੱਠੇ ਮੈਂ ਤਾਂ ਨਹੀਂ ਖੜਾਏ ਨਾ ਐਂ ਲੱਗਦਾ ਮੇਰੀ ਹਾਜ਼ਰੀ ਲੱਗਣੀ ਹੋਵੇ ਸੋ ਇਹ ਸਾਡਾ ਕਲਚਰ ਹੈ ਭੰਗੜਾ ਗਿੱਧਾ ਸਾਡਾ ਕਲਚਰ ਹੈ ਸਾਨੂੰ ਕਿੱਥੋਂ ਚੀਜ਼ਾਂ ਮਿਲਦੀਆਂ ਇੱਥੋਂ ਹੀ ਮਿਲਦੀਆਂ ਬਾਕੀ ਬੀਬੋ ਭੂਆ ਕਾਨੂੰ ਛੇੜੇ ਛੇੜਦੇ ਹੋਵੇ ਭਾਈ ਵੇ ਕਾਨੂੰ ਛੇੜ ਬੀਬੋ ਭੂਆ ਬੀਬੋ ਭੂਆ ਮੈਂ ਪਿੰਡ ਗਿਆ ਮੈਨੂੰ ਕਹਿੰਦੀ ਬੇ ਭਾਈ ਮੇਰੀ ਫੇਸਬੁੱਕ ID ਬਣਾ ਦੇ ਮੈਂ ਕਿਹਾ ਬੀਬੋ ਤੈਨੂੰ ਫੇਸਬੁੱਕ ਚਲਾਉਣੀ ਆਉਂਦੀ ਹੈ ਜੇ ਨਹੀਂ ਆਉਂਦੀ ਫਿਰ ਕੀ ਹੋ ਗਿਆ ਮੇਰਾ ਮੁੰਡਾ ਮਰਦੀ ਚਲਾ ਲਿਆ ਕਰੂੰ ਮੈਂ ਮਗਰ ਬਹਿ ਜਾ ਕਰੂੰ ਉਹ ਮੈਂ ਕਿਹਾ ਸਕੂਟਰ ਥੋੜ੍ਹੀ ਹੈ ਇਹ ਬੀਬੋ ਭੂਆ ਫੇਸਬੁੱਕ 'ਤੇ ਆਉਣ ਨੂੰ ਫਿਰਦੀ ਹੈ ਦੱਸ ਸੋ ਬੀਬੋ ਭੂਆ ਝੰਡਾ ਅਮਲੀ ਬਹੁਤ ਸਾਰੀਆਂ ਐਸੀਆਂ ਹਜੇ ਆਈਟਮਾਂ ਸਾਡੇ ਕੋਲ ਹੋਰ ਨੇ ਜਿਹੜੀਆਂ ਤੁਸੀਂ ਪਸੰਦ ਕਰਦੇ ਹੋ ਕਿਉਂਕਿ ਮੇਲਾ ਹੈ ਮੇਲੇ ਦੇ ਵਿੱਚ ਹਰ ਵਰਾਇਟੀ ਹੋਣੀ ਚਾਹੀਦੀ ਹੈ ਮੇਲੇ 'ਚ ਲੱਡੂ ਵੀ ਜਲੇਬੀਆਂ ਵੀ ਸੁੱਖੇ ਵਾਲੇ ਪਕੌੜ ਵੀ ਮਿਲ ਜਾਂਦੇ ਨੇ ਸੋ ਇਸ ਕਰਕੇ ਥੋੜ੍ਹਾ ਜਿਹਾ ਹੁਣ ਬੀਟ ਵੱਲ ਨੂੰ ਭੰਗੜੇ ਵੱਲ ਨੂੰ ਚੱਲਦੇ ਹਾਂ ਜਿੰਨੀ ਵਾਰ ਤੁਸੀਂ ਕਹੋਗੇ ਮੈਂ ਇੱਥੇ ਹਾਜ਼ਰ ਹਾਂ ਔਰ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਮੈਂ ਤਾਂ ਕਦੇ ਘੜੀ ਵੀ ਨਹੀਂ ਬੰਨੀ ਇਸ ਕਰਕੇ ਜਿੰਨੀ ਦੇਰ ਤੁਸੀਂ ਬੈਠੋਗੇ ਉਨੀ ਦੇਰ ਪ੍ਰੋਗਰਾਮ ਚੱਲੂ ਕਿਉਂਕਿ ਹਜੇ ਬੀਬੋ ਭੂਆ ਝੰਡਾ ਅਮਲੀ ਹਜੇ ਤਾਂ ਸਾਡੇ ਕੋਲ ਉਹ ਸੱਪ ਨੇ ਜਿਹਨਾਂ ਦੰਦ ਵੀ ਨਹੀਂ ਕੱਢੇ ਅਸੀਂ ਉਹ ਸੱਪ ਹੈ ਸਾਡੇ ਕੋਲ ਸੋ ਜਿੰਨਾ ਦੇਰ ਤੁਸੀਂ ਬੈਠੇ ਰਹੋਗੇ ਉਹਨਾਂ ਦੇਰ ਆਪਾਂ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ ਔਰ ਅੱਜ ਕੱਲ੍ਹ ਦੀ ਗਾਇਕੀ ਬਾਰੇ ਵੀ ਗੱਲ ਕਰਾਂਗੇ ਕਿਹੜੇ ਕਿਹੜੇ ਗੀਤ ਆਉਂਦੇ ਠਾ ਇੱਥੋਂ ਸ਼ੁਰੂ ਹੁੰਦਾ ਹਰੇਕ ਗਾਣਾ ਪਸਤੌਲ ਚੱਕੀ ਫਿਰਦੇ ਆ ਮਾਂ ਦੇ ਪੁੱਤ ਸਾਰੇ ਹੀ ਐਂ ਲੱਗਦਾ ਜਿਵੇਂ ਪੰਜਾਬ ਦੇ ਵਿੱਚ ਕੋਈ ਜੱਟਾਂ ਦੇ ਮੁੰਡਿਆਂ 'ਤੇ ਕਾਨੂੰਨ ਲਾਗੂ ਹੀ ਨਹੀਂ ਹੁੰਦਾ ਸਭ ਜਿਪਸੀਆਂ 'ਤੇ ਫਿਰਦੇ ਠਾ ਉਹਦੀ ਪਤਾ ਲੱਗਦਾ ਉੱਥੇ ਮਾਂ ਰੋਟੀ ਫੜਾਉਂਦੀ ਹੈ ਪੰਜਾਬ 'ਚ ਮਾਂ ਰੋਟੀ ਫੜਾਉਂਦੀ ਹੈ ਪੁੱਤ ਰੋਟੀ ਖਾ ਲਾ ਭਗਾ ਕੇ ਮਾਰਦੇ ਖਾ ਲਾ ਰੋਟੀ ਆ ਦੇ ਦੇ ਹੁਣ ਸੋਨੇ ਦੀਆਂ ਵਾਲੀਆਂ ਆਪਦੀਆਂ ਏਜੰਟ ਨੂੰ ਦੇ ਕੇ ਇੰਗਲੈਂਡ ਚਲੇ ਜਾਈਏ ਚਲੋ ਉਹ ਵਾਲੀਆਂ ਦੇ ਕੇ ਇੰਗਲੈਂਡ ਭੇਜ ਦਿੰਦੀ ਹੈ ਇੱਥੇ 20 ਦਿਨਾਂ ਬਾਅਦ ਆ ਕੇ ਗਾਣਾ ਗਾਉਣ ਲੱਗ ਜਾਂਦੇ ਨੇ ਮੇਰਾ ਮਾਂ ਦੇ ਹੱਥਾਂ ਦੀਆਂ ਫੱਕੀਆਂ ਜਦੋਂ ਰੋਟੀਆਂ ਫੜਾਉਂਦੀ ਸੀ ਉਦੋਂ ਖਾਧੀਆਂ ਨਹੀਂ ਹਾਂ ਫਿਰ ਬੜਾ ਦਿਲ ਕਰਦਾ ਹੈ ਸਭ ਅੰਦਰਲੀਆਂ ਗੱਲਾਂ ਦੱਸੂ ਜਿਉਂਦੇ ਵਾਸਤੇ ਤਾੜੀਆਂ ਮਾਰਦੇ ਜ਼ੋਰਦਾਰ ਇੱਕ ਵਾਰੀ